ਕਮੈਂਟ ਤੇ ਪੜਾਸ ਕੱਢ ਲੋ ਸਾਨੂੰ ਕਮੈਂਟ ਟੈਕਲ ਕਰਨੇ ਬਹੁਤ ਵਧੀਆ ਤਰੀਕੇ ਨਾਲ ਆਉਂਦੇ ਆ ਸਿੱਖੇ ਨੇ ਅੰਮ੍ਰਿਤਪਾਲ ਸਿੰਘ ਤੇ ਉਹ ਹੋਇਆ ਬਾਈ ਸ਼ਹੀਦ ਨਿਊਜ਼ ਕਾਫੀ ਚੱਲ ਰਹੀ ਆ ਅਗਰ ਉਹਨੇ ਚੂਜ਼ ਕਰਨੀ ਆ ਉਹ ਸਟਰੋਂਗ ਹੋਊਗਾ ਨਾ ਕੋਈ ਮਾੜਾ ਬੰਦਾ ਤਾਂ ਆਰਮੀ ਦੀ ਟ੍ਰੇਨਿੰਗ ਜਾਂਦਾ ਨਹੀਂ ਹਾਂ ਹੁਣ ਦੱਸ ਹੁਣ ਠੀਕ ਆ ਹੁਣ ਕਿੱਡਾ ਤੇਰਾ ਮੂੰਹ ਘੱਟ ਗਿਆ ਦੱਸੀ ਓਡੇ ਓਡੇ ਹੀ ਮੂੰਹ ਵਲੌਗ ਆਪਣਾ ਸਟਾਰਟ ਕੀਤਾ ਤੇ ਵਾਰਤਾਲਾਪ ਆਪਾਂ ਆਪਣੇ ਸ਼ੁਰੂ ਕਰਦੇ ਆ ਸਹੀ ਆ ਨਾ ਤੇ ਪੋਡਕਾਸਟ ਇਹ ਹੈਗੀ ਸਾਡਾ ਕਾਰ ਪੋਡਕਾਸਟ ਹੈ ਸਾਡੀ ਹੈ ਤੇ ਟੌਪਿਕ ਥੋੜ੍ਹਾ ਜਿਹਾ ਇਮੋਸ਼ਨਲ ਵੀ ਆ ਥੋੜ੍ਹਾ ਸੀਰੀਅਸ ਵੀ ਆ ਹੈ ਨਾ ਅਤੇ ਆਪਣਾ ਮਾਨਸੇ ਦਾ ਮੁੰਡਾ ਅੰਮ੍ਰਿਤਪਾਲ ਸਿੰਘ ਜਿਹੜਾ ਕਿ ਸ਼ਹੀਦ ਹੋਇਆ ਜੋ ਹੁਣ ਅਤੇ ਜਿਵੇਂ ਹੁਣ ਪਿਛਲੀ ਕਲਿੱਪ 'ਚ ਦੱਸਿਆ ਨਾ ਮੈਂ ਵੀ ਮਾਨਸੇ ਦਾ ਮੁੰਡਾ ਆਪਣੇ ਅੰਮ੍ਰਿਤਪਾਲ ਸਿੰਘ ਅਤੇ ਉਹ ਹੋਇਆ ਬਾਈ ਸ਼ਹੀਦ ਅਤੇ ਜਿਹਦੀ ਨਿਊਜ਼ ਕਾਫੀ ਚੱਲ ਰਹੀ ਆ ਹੁਣ ਉਹ ਅਗਨੀਵੀਰ ਸੀਗਾ ਉਹ ਕਹਿਣ ਨੂੰ ਅਗਨੀਵੀਰ ਸੀਗਾ ਅਗਨੀ 4 ਸਾਲ ਵਾਲੇ ਭਰਤੀ ਜਿਹੜੇ 4 ਸਾਲ ਵਾਲੇ ਭਰਤੀ ਹੁੰਦੇ ਅਤੇ ਉਹ ਹੁਣ ਬੰਦਾ ਚੱਲ ਠੀਕ ਹੈ ਇੱਕ ਇੰਪਲੋਇਮੈਂਟ ਗਵਰਨਮੈਂਟ ਨੇ ਸੋਚਿਆ ਆਪਣੀ ਸੈਂਟਰ ਗਵਰਨਮੈਂਟ ਨੇ ਸੋਚਿਆ ਕਿ ਚੱਲ ਕਰ ਲੈਂਦੇ 4 ਸਾਲ ਲਈ ਅਤੇ ਦੂਜਿਆਂ ਨੂੰ ਵੀ ਚਾਂਸ ਲੱਗ ਜੂ ਹੁਣ ਇਹਦੇ ਪਿੱਛੇ ਉਹਨਾਂ ਦੀ ਕੀ ਮਨਸ਼ਾ ਵਾ ਕੀ ਉਹਨਾਂ ਦਾ ਮੋਟਿਵ ਆ ਉਹ ਕੋਈ ਨਹੀਂ ਜਾਣਦਾ ਹੈ ਨਾ ਹੁਣ ਇੱਕ ਮਾਰਕੀਟ ਦੇ ਵਿੱਚ ਵੈਕੈਂਸੀ ਆਈ ਗਵਰਨਮੈਂਟ ਦੀ ਕੌਣ ਛੱਡਦਾ ਕੋਈ ਨਹੀਂ ਛੱਡਦਾ ਚਾਹੇ 3 ਸਾਲ ਲਈ ਚਾਹੇ 4 ਸਾਲ ਠੀਕ ਆ ਹਰ ਇੱਕ ਬੰਦਾ ਟਰਾਈ ਕਰਨ ਲਈ ਜਾਂਦਾ ਭਾਰਤੀ ਦੇਖੀ ਅਤੇ ਭਾਰਤੀ ਤੋਂ ਬਾਅਦ ਬੰਦਾ ਇਨ ਹੋ ਗਿਆ ਹੈ ਨਾ ਹੁਣ ਇਹਦੇ 2 ਸਾਈਡਾਂ ਨੇ ਉਹ ਬੰਦੇ ਦੇ ਗੋਲੀ ਵੱਜੀ ਆ ਜਾਂ ਉਹਨੇ ਸੈਲਫ ਮਤਲਬ ਆਤਮ ਹੱਤਿਆ ਕੀਤੀ ਆ ਇਹ 2 ਰਿਊਮਰ ਚੱਲਦੇ ਪਏ ਨੇ 2 ਨਿਊਜ਼ ਚੱਲਦੀਆਂ ਪਈਆਂ ਨੇ ਕਿਉਂ ਉੱਠਿਆ ਇਹ ਮੈਟਰ ਜਦੋਂ ਉਹ ਸ਼ਹੀਦ ਹੋਇਆ ਸ਼ਹੀਦ ਹੋ ਕੇ ਉਹਨੂੰ ਘਰ ਲਿਆਂਦਾ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਉਹਨੂੰ ਕੋਈ ਮਤਲਬ ਆਨਰ ਨਹੀਂ ਦਿੱਤਾ ਗਿਆ ਜੋ ਆਪਣੇ ਫੌਜੀਆਂ ਨੂੰ ਸਨਮਾਨ ਮਿਲਦਾ ਹੁੰਦਾ ਨਾ ਅਤੇ ਸ਼ਹੀਦ ਹੋਇਆ ਉਹੀ ਅਗਨੀਵੀਰ ਦੇ 4 ਜਿਹੜੇ ਛੋਟੇ ਰੈਂਕ ਦੇ ਬੰਦੇ ਅਤੇ ਪ੍ਰਾਈਵੇਟ ਕੀ ਕਹਿੰਦੇ ਹੁੰਦੇ ਆ ਕਾਰ ਮੋਟਰ ਗੱਡੀ ਦੇ ਵਿੱਚ ਉਹਦੇ ਵਿੱਚ ਛੱਡਣ ਆ ਗਏ ਇੱਕ ਆਰਮੀ ਵਾਲਾ ਕੰਟਰੀ ਲਈ ਸ਼ਹੀਦ ਹੋ ਕੇ ਯਾਰ ਆਉਂਦਾ ਆਪਣੇ ਤਾਂ ਪੰਜਾਬੀ ਹੈ ਹੀ ਕੁਰਬਾਨੀਆਂ ਤੇ ਨਾ ਮੂਹਰੇ ਹਫ਼ਤੇ ਬਾਅਦ ਮਹੀਨੇ ਬਾਅਦ ਵਿਚਾਰੇ ਕਿਸੇ ਨਾ ਕਿਸੇ ਦੀ ਡੈੱਡ ਬੋਡੀ ਆਉਂਦੀ ਰਹਿੰਦੀ ਆ ਅਤੇ ਉਹ ਜਦੋਂ ਲੋਕਾਂ ਨੇ ਰੌਲਾ ਪਾਇਆ ਵੀ ਹਾਂ ਆਲੇ ਦੁਆਲੇ ਪਿੰਡਾਂ ਨੇ ਵੀ ਯਾਰ ਇਹਨੂੰ ਕੋਈ ਆਨਰ ਕੋਈ ਸਨਮਾਨ ਨਹੀਂ ਮਿਲ ਰਿਹਾ ਤਾਂ ਜਾ ਕੇ ਪੰਜਾਬ ਪੁਲਿਸ ਦੇ ਮਤਲਬ ਪੁਲਿਸ ਆਈ ਉਹਨੂੰ ਸਨਮਾਨ ਦਿੱਤਾ ਹੈ ਨਾ ਜ਼ੋਰ ਪ੍ਰੈਸ਼ਰ ਪਾ ਕੇ ਬਣਦਾ ਜਦੋਂ ਗੌਰਮੈਂਟ ਕੋਲ ਜ਼ਿਆਦਾ ਮਤਲਬ ਨੈਸ਼ਨਲ ਲੈਵਲ 'ਤੇ ਇਹ ਨਿਊਜ਼ ਬਣ ਗਈ ਅਤੇ ਉੱਥੋਂ ਹੁਣ ਇਹ ਨਿਊਜ਼ ਆ ਰਹੀ ਹੈ ਵੀ ਇਹਨੇ ਆਤਮ ਹੱਤਿਆ ਕੀਤੀ ਹੈ ਵੀ ਸੈਲਫ ਆਪਦੇ ਆਪ ਗੋਲੀ ਮਾਰੀ ਆ ਵੀ ਉਹ ਕੰਡੀਸ਼ਨ ਦੇ ਵਿੱਚ ਸਨਮਾਨ ਨਹੀਂ ਮਿਲਦਾ ਮਤਲਬ ਫੌਜੀ ਨੂੰ ਹੈ ਨਾ ਹੁਣ ਇੱਕ ਇਹ ਨਿਊਜ਼ ਆ ਸਾਡਾ ਮੰਨਣਾ ਇਹ ਆ ਇਹ ਸ਼ਾਇਦ ਨਿਊਜ਼ ਬਣਾਈ ਹੋਵੇ ਜਾਂ ਕੀਤੀ ਹੋਵੇ ਅਗਰ ਇੱਕ ਬੰਦਾ ਸ਼ਹੀਦ ਹੋਇਆ ਅਤੇ ਉਹਨੂੰ ਸਨਮਾਨ ਪ੍ਰੋਪਰ ਮਿਲਣਾ ਚਾਹੀਦਾ ਹੈ ਨਾ ਅਤੇ ਸਪੈਸ਼ਲੀ ਕੋਈ ਵੀ ਹੋਵੇ ਹਰੇਕ ਮਾਂ ਦਾ ਪੋਤਾ ਵਾਪਸ ਤਾਂ ਆਉਣਾ ਨਹੀਂ ਨਾ ਪੈਸਿਆਂ ਨਾਲ ਨਾ ਕਿਸੇ ਹੋਰ ਚੀਜ਼ ਨਾਲ ਹੈ ਨਾ ਅਤੇ ਅਗਰ ਉਹ ਗੌਰਮੈਂਟ ਕਹਿੰਦੀ ਹੈ ਵੀ ਇਹਨੇ ਗੋਲੀ ਮਾਰੀ ਆਪਦੇ ਆਪ ਨੂੰ ਤਾਂ ਹਾਈ ਲੈਵਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਹੈ ਨਾ ਅਤੇ ਅਸੀਂ ਆਪਾਂ ਐਜ਼ ਏ ਜਨਤਾ ਜੋ ਆਪਾਂ ਨੂੰ ਨਿਊਜ਼ ਦਿਖਾਈ ਦੇ ਰਹੀ ਆਪਾਂ ਜੋ ਇਨਫੋਰਮੇਸ਼ਨ 'ਤੇ ਰਿਲਾਏ ਕਰਦੇ ਹਾਂ ਸਾਡੇ ਸਾਹਮਣੇ ਤਾਂ ਬੰਦੇ 'ਤੇ ਬਾਈ ਗੋਲੀ ਵੱਜੀ ਆ ਉਹ ਮਰਿਆ ਹੋਇਆ ਘਰ ਆਇਆ ਉੱਥੇ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਹੀਂ ਪਤਾ ਜਾਂ ਉਹਦੇ ਮਾਪਿਆਂ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਉਹ ਮੈਟਰ ਹੈਗਾ ਉਹਨਾਂ ਦੇ ਵੱਡਿਆਂ ਦਾ ਜਿਹੜਾ ਕਿ ਇਨਵੈਸਟੀਗੇਸ਼ਨ ਆ ਪਤਾ ਚੱਲੂ ਜਿਹੜਾ ਇਨਵੈਸਟੀਗੇਸ਼ਨ ਆ ਪਤਾ ਲੱਗੂ ਸਾਡੇ ਸਾਹਮਣੇ ਮਤਲਬ ਉਹਨਾਂ ਦੇ ਮਾਂ ਪਿਓ ਦੇ ਸਾਹਮਣੇ ਬੰਦਾ ਮਰਿਆ ਹੋਇਆ ਆ ਹਨਾ ਤੇ ਉਹਨੂੰ ਆਨਰ ਦੇਣਾ ਬਣਦਾ ਹੀ ਆ ਫਿਰ ਇਸ ਕਰਕੇ ਭਗਵੰਤ ਮਾਨ ਜਿਹੜੀ ਹੁਣ ਆਪਣੀ ਗੌਰਮੈਂਟ ਆਮ ਆਦਮੀ ਦੀ ਇਹ ਬੋਲਿਆ ਯਾਰ ਭਗਵੰਤ ਮਾਨ ਕਾਫੀ ਬੋਲਿਆ ਉਹ ਸਾਹਮਣੇ ਵੀ ਆਇਆ ਉਹ ਬੋਲਿਆ ਵੀ ਆ ਉਹਦੇ ਘਰ ਵਿਜ਼ਿਟ ਵੀ ਕਰਕੇ ਗਿਆ ਉਹ ਹਨਾ ਤੇ ਮੈਨੂੰ ਲੱਗਦਾ ਉਹਨੂੰ ਇੱਕ ਸਪੋਰਟ ਵੀ ਕਰ ਦੇਣੀ ਚਾਹੀਦੀ ਹੈ ਫਾਈਨੈਂਸ਼ਲੀ ਸ਼ਾਇਦ ਕਰਤੀ ਹੋਵੇ ਮੈਨੂੰ ਪੱਕਾ ਨਹੀਂ ਪਤਾ
अपने लिए गया ना बॉर्डर ते कौन खड़ा फौजी खड़े उन्होंने करके आप बचे हुए नहीं तो कोई भी छित्र मार के अंदर वड़िया फौजी एक एक अपने अपनी फैमिली के भी काफी फौजी ने स्टिल एक्टिव फौजी अपने रिश्तेदार क्लोजेस्ट वन मेरे जीजा जी खुद आर्मी दे विच ने सानू पता फौजी की वैल्यू और अहमियत की होंदी है ना किन्ना वो सैक्रीफाइस करते हैं किन्ना हार्ड वर्क करते हैं ठीक है हुण थोड़े टाइम पहला आके इन्हां दी तनखाह थोड़ियां स्टेबल हुई हैं अदरवाइज पहला तो काफ़ी ज़्यादा हार्ड वर्क ही करना पैंदा सीगा है ना तो जिथे भी फौजी हैगा जां कोई भी आ उन्हां दी उमरां च वाधा होवे यार उन्हां नूं कुछ ना होवे है ना अपनी तो यही दुआ वा लेकिन जो कोई यह जी अणहोनी मतलब होंगी है किसी के माँ पुत ना है ना तो उन्होंने फिर बनता सम्मान सम्मान तो दवो जवाक का किसी का मरना नहीं गा पैसे दे के भी इन्ने रुपए देते वो नहीं देते जवाक तो किसी का आना नहीं वापस कम से कम शहीद का दर्जा तो देना चाहिए भी उन्नी इज्जत बन गई जी इज्जत मिल गई जो हाँ उन्ना ही ज्यादा तो है नहीं गा कुछ ना चल एक बार हम निकल गया चल जदी गल घुमाती इन्हें अपने आप गोली मारी है कादे लई मारी है रीजन की है नाल फिर रीजन भी दस दे दसो फिर हां लड़ाई हुई आपस च लड़दे सी मरे ऐ किवें बैठा कोई गोली मार लूगा इन्वेस्टिगेशन करो पता लगे और यार इन्वेस्टिगेशन भी तो गवर्नमेंट दे हाथ ही होनी है भाई सारा कुछ उन्हां दे हाथ ही है यार उन्होंने की कटना सब जिदे हाथ मतलब जिदे हाथ सोटी ओदी मज है ना जिसके हाथ लाठी उसकी भैंस सोशल मीडिया देख दे सी गल्लां चल पियां तां दुख होया यार एक पंजाबी सरदार यंग मुंडा देश लई भी शहीद होके आया अच्छा ओह कड़ा घरदियां लई गया सीगा यार ओ अगर उन्हें चूज करनी है वह स्ट्रोंग होगा ना कोई माड़ा बंदा तो आर्मी की ट्रेनिंग जाता नहीं मैंटली स्ट्रोंग होगा यार वो फिजिकली स्ट्रोंग होगा वो जाके उत्थे फिर डिप्रैशन च गोली मारन गया वो बंदा है ये तो कोई लॉजिक बनता नहीं है जो एक बंदा हम ट्रेनिंग के जाने असी नहीं चले गए कोई होर बंदा नहीं चला गया बड़े लिमिटेड लोग ने जो आपके आप बनाते हैं खेडा खेड के प्रैक्टिस करके फिर वो ट्रेनिंग का सोचते हैं है ना आपां पिंडां च रहिंदे आ आपां देखिया नाल दे मुंडे कई ट्रेनिंगां करदे आ टोनां दे वी हां भई यार भारती देखणी है दर्जा मिलना चाहिए इज्जत मिलनी चाहिए तुक नहीं लगता लेकिन अपनी बी यही है कि दर्जा सम्मान दो ये चीज़ है वह गौरमेंट वालों मिलना चाहिए भगवंत मान ने तो पूरा जोर ला लिया आपके लेवल से उन्होंने किया भी उतरूगा भी खरा जब तक लगता बंदा ईमानदार है ना अपना सी एम आ पंजाब का रिस्पेक्टेड बाकी देखते हैं हम बाकी ना ये तो हले पहला पहला नवा नवा मैटर है ये बहुत विरोध भी होया सी चार साल कोई तुक नहीं बनती पहला आप स्टार्टिंग दे विच कहा ना भी चल ठीक है उन्होंने इंपलॉयमेंट नूं खत्म करन लई जां उदां इहदे पिछे कोई तकड़ा दिमाग लग्या होया जिहदे रिजल्ट जिहड़े कॉन्सिक्वेंस बहुत माड़े निकलणगे इह चीज़ दे चार साल कुछ भी नहीं हुंदे कुछ भी नहीं हुंदे चार साल बाद फिर बंदा कित्थे जाऊगा कनेडा चला जाऊ हर एक बंदा कनेडा तां नहीं जा सकदा है ना उत्थे घूमणगे हुण अगर समझ लो सौ बंदा चार साल बाद रिटायर हो गया है ना वह आ गया मार्केट के आपके घर रहन लग गया हुण सौ दे विच चलो मैं घट तो घट भी कहना भी नब्बे बंदे ईमानदार निकले आपके हार्डवर्क करते मेहनत करते दस बंदे कोई मतलब शैतान नहीं हुंदा दिमाग है ना लेकिन दस बंदे अगर वह क्राइम वाल तुर पे ट्रेनड बंदे गोली भी चलानी आती है ट्रेनिंग भी आ फाइट कर सकते हैं किसी नाल भी आर्मी की ट्रेनिंग लैके बैठे हुए ने कलू हम अके हुए बंदे या कोई पुलिस तो अके आ जा कोई आपके कोई तरनाट बंद तो अके आ
मुकाबला कर लो माइनस साडा पॉइंट ऑफ व्यू आ भाई तुसी आप दा भी दस सकते हो शायद असि गलत हो एक वीडियो कहना हुंदा यार ये साडा पॉइंट ऑफ व्यू आ जो साडे दिमाग च आउंदियां ने थोड़े च भी जो गल्लां आ सकदियां सानू कमेंट करके दस सकदे हो सानू टोक भी सकदे हो नहीं भाई तुसी गलत असी एक्सैप्ट कर लैने हैं है ना ते आ इहदे मैनू लगदा बैड इंपैक्ट पै सकदे आ आने वाले दिनों दे विच ठीक है ते बाकी तो हुण सारयां नू पता ही आ कि चल की रहा वा लेकिन कोई बोलना नहीं चाहुंदा जिन्हों जिहड़ा कोई अजकल आवाज चकदा वा उहनू नप लैंदा सिद्धू मूसेवाला दा कोई बन नहीं लग्गिया है ना उही इक जट सीगा जिहड़ा बोलदा सीगा है ना तो बाकी सारे हर एक बंदा कैमरे सामने बोलना पता सारा कुछ सारे ते लेकिन कोई बोलना नहीं चाहता उन्ना की बोलता जिन्ना को मतलब लैंड क्रॉस ना हो ते भाई जी हुण एक गल होर सी आप कल परसों ब्लॉग अपलोड किया दलजीत दसांझ बारे इल्यूमिनाटी साडा पक्ष असी आज वो वीडियो च रखे सानू कमेंट आ रहे हैं कि भाई वह योगा आसन करता सी जो एक वन ऑफ द योगा आसन आ मन्या भीरे सर असी डिनाई नहीं करते योगा भी हो सकता असी कड़ा भी जाने के एक किताब ले बैठे हैं सच की भी जो असी कहता उही सच ही होना वा है ना एक गल्ला नहीं दिमाग आ पॉइंट ऑफ व्यू असी रख रहे हैं ते तुसी भी सही हो सकते हो आदि जगह ते है ना जरूर कमेंट करके दस्यो सबसक्राइब कर लो भी चैनल साडा अज दी आपां पॉडकास्ट इत्थे खत्म कर दे मजाक नहीं डाउणा रात दे 9 बजे ऐनक लाई बैठा ठीक है चलो जी हुण आपां निकलदे आं बाबा।